ਹੈ ਜਿੱਥੇ ਤੱਕ ਮਰਜ਼ੀ ਘੁੰਮਿਆ ਮੈਂ, ਜਦ ਘਰ ਆਈਦਾ ਇੱਥੇ ਗੰਦ ਪਿਆ ਦਾ ਪਿਆ, ਕੋਈ ਤਾਂ ਧਿਆਨ ਦੇ ਦੇਵੇ ਸਫਾਈ ਵੱਲ, ਕਿਸੇ ਨੂੰ ਦੀਦਾ ਹੀ ਨਹੀਂ ਵੀ ਗੰਦ ਪਿਆ ਹੋਇਆ। ਹਾਂ ਚੱਲ ਦੋ ਰੋਟੀਆਂ ਲਾ ਕੇ ਖਾਵਾਂ, ਹੁਣ ਚੁੱਕਲਾ ਖੰਨੀ ਕਿੱਥੇ ਆ? ਕੁੜੇ ਨਾਜੀਆ ਚੱਕਲਾ ਕਿੱਥੇ ਆ? ਮੰਮੀ ਉੱਥੇ ਹੀ ਹੈ ਜਿੱਥੇ ਅੱਗੇ ਹੁੰਦਾ। ਮੈਂ ਤਾਂ ਸਾਰੇ ਥਾਵੇਂ ਦੇਖ ਲਿਆ, ਮੈਨੂੰ ਤਾਂ ਕਿਤੇ ਲੱਭਿਆ ਨਹੀਂ ਗਾ, ਕੋਈ ਟਿਕਾਣਾ ਤਾਂ ਹੋਵੇ ਕਿਸੇ ਚੀਜ਼ ਦਾ। ਤੁਹਾਡਾ ਧਿਆਨ ਮੰਮੀ ਚੱਕਲੇ 'ਚ ਨਹੀਂ ਹੈਗਾ, ਤੁਹਾਡਾ ਧਿਆਨ ਤਾਂ ਕਿਤੇ ਹੋਰ ਹੀ ਹੈ। ਜਰਾ ਧਿਆਨ ਨਾਲ ਦੇਖੋ ਫੇਰ ਮਿਲੂਗਾ। ਧਿਆਨ ਕਿਸੇ ਪਾਸੇ ਹੀ ਨਹੀਂ ਹੈਗਾ, ਚੱਕਲੇ 'ਚ ਹੀ ਆ। ਮੈਨੂੰ ਨਹੀਂ ਲੱਭਦਾ ਕਦੇ ਤੇਰੀ ਚੀਜ਼ ਰੱਖੀ ਹੋਈ, ਮੈਨੂੰ ਲੱਭਦੀ ਹੀ ਨਹੀਂ ਹੁੰਦੀ। ਮੰਮੀ ਮੈਂ ਇਕੱਲੀ ਤਾਂ ਨਹੀਂ ਯੂਜ਼ ਕਰਦੀ ਕਿਚਨ, ਆ ਕੀ ਪਿਆ ਚਕਲਾ? ਬੱਤੀ 3200 ਤਾਂ ਉੱਤੇ ਸਮਾਨ ਰੱਖਿਆ ਪਿਆ, ਜੇ ਤਾਂ ਇੱਕ ਅੱਧਾ ਸਮਾਨ ਹੋਵੇ ਫਿਰ ਤਾਂ ਲੱਭ ਜਾਵੇ। ਜੋਤਾ ਹੋ ਗਿਆ ਮੈਨੂੰ ਭਾਲਦੀ ਨੂੰ, ਲੁਕੋ ਕੇ ਤਾਂ ਐਂ ਰੱਖਿਆ ਪਿਆ ਜਿਵੇਂ ਇਹਦੀ ਵਰਤੋਂ ਦੀ ਲੋੜ ਹੀ ਨਹੀਂ ਹੁੰਦੀ। ਨਾ ਮੈਂ ਲੁਕੋ ਕੇ ਇਹ ਕਿਤੇ ਲੈ ਕੇ ਜਾਣਾ ਸੀ, ਰਸੋਈ 'ਚ ਹੀ ਰੱਖਣਾ ਸੀ। ਤੁਸੀਂ ਤਾਂ ਨਾ ਲੜਨ ਦੇ ਬਹਾਨੇ ਲੱਭਦੇ ਹੋ ਮੇਰੇ ਨਾਲ। ਅੱਛਾ ਮੈਂ ਲੱਭਦੀ ਹਾਂ ਲੜਨ ਦੇ ਬਹਾਨੇ? ਮਾੜਾ ਮੋਟਾ ਤੈਨੂੰ ਦਿਸਦਾ ਹੀ ਨਹੀਂ ਗਾ ਵੀ ਰਸੋਈ ਦੇ ਵਿੱਚ ਕਿੰਨਾ ਗੰਦ ਪਿਆ ਹੋਇਆ, ਇਹਨੂੰ ਮਾੜੀ ਮੋਟੀ ਲਿਪ ਪੋਚ ਲਵਾਂ, ਹਲੇ ਮੈਨੂੰ ਦੱਸ ਰਹੀ ਹੈ ਲੜਨ ਦੇ ਬਹਾਨੇ। ਹੋਰ ਮੈਂ ਬੋਲਾਂ ਨਾ ਤਾਂ ਮੈਂ ਹੋਰ ਕੀ ਕਰਾਂ? ਆ ਜਾਂਦੇ ਅੱਜ ਮੇਰੇ ਮੁੰਡੇ ਨੂੰ, ਤੇਰੇ ਨਾਲ ਬੈਠ ਕੇ ਕਰਦੇ ਆ ਗੱਲ, ਤੇ ਕੰਮ ਕਰਨਾ ਕਿ ਵਿਹਲੀ ਬੈਠਣਾ ਵੀ ਗੰਦ ਚੱਕਣਾ ਜਾਂ ਨਹੀਂ ਚੱਕਣਾ? ਗੱਲਾਂ ਤਾਂ ਮੰਮੀ ਤੁਸੀਂ ਐਂ ਕਰਦੇ ਜਿਵੇਂ ਮੈਂ ਵਿਹਲੀ ਬੈਠੀ ਹੁੰਨੀ ਆ, ਮੁੰਡਾ ਮੇਰੇ ਹੱਥ ਦੇ ਵਿੱਚ। ਜਦ ਜਿਹੜੀ ਗੱਲ ਕਰੋਗੇ ਮੈਂ ਕਿਹੜਾ ਕਿਤੇ ਗਈ ਹੋਊਂਗੀ, ਨਿਬੇੜ ਲਾਂਗੇ ਬੈਠ ਕੇ ਆਪਾਂ। ਇਹ ਗੱਠ ਦੀ ਜਵਾਨ ਲੱਗੀ ਹੋਈ ਆ। ਕੀ ਗੱਲ ਹੋ ਗਈ ਹੁਣ? ਤੁਸੀਂ ਘਰ ਸਿਰ ਤੇ ਚੱਕਣਾ ਲਿਆ, ਬਾਹਰ ਤੱਕ ਥੋੜੀਆਂ ਆਵਾਜ਼ਾਂ ਆਉਂਦੀਆਂ ਨੇ। ਚੱਲ ਵਧੀਆ ਆ ਗਿਆ ਤੂੰ, ਆ ਦੇਖ ਲੈ ਤੇਰੇ ਘਰ ਵਾਲੀ ਦੀਆਂ ਕਰਤੂਤਾਂ। ਤੁਸੀਂ ਕੀ ਦੱਸੋਗੇ ਕਰਤੂਤਾਂ? ਪਹਿਲਾਂ ਮੇਰੀ ਗੱਲ ਸੁਣੋ। ਕੀ ਤੁਸੀਂ ਕਰੀ ਜਾਂਦੇ ਹੋ? ਮੰਮੀ ਕਹਿੰਦੀ ਤੇਰੀਆਂ ਗੱਲਾਂ ਸੁਣ, ਤੂੰ ਕਹਿੰਦੀ ਮੰਮੀ ਦੀਆਂ ਗੱਲਾਂ ਸੁਣਾਵਾ। ਮੰਮੀ ਤੁਸੀਂ ਮੈਨੂੰ ਉਹਦੇ ਖਿਲਾਫ ਲੜਨ ਲਈ ਕਹਿੰਦੇ ਹੋ ਜਿਹੜੀ ਆਪਣੇ ਮਾਂ ਪਿਓ ਛੱਡ ਕੇ ਆਈ ਆ, ਸਾਰਾ ਘਰ ਬਾਰ ਛੱਡ ਕੇ ਆਈ ਆ, ਤੇ ਨਾ ਤੂੰ ਮੈਨੂੰ ਉਹਦੇ ਖਿਲਾਫ ਗੱਲਾਂ ਕਹਿ ਰਹੀ ਆ ਜਿਹਨੇ ਮੈਨੂੰ ਪਾਲ ਪੋਸ ਕੇ ਬੜਾ ਕੀਤਾ, ਸਾਰਾ ਕੁਝ ਸਿਖਾਇਆ, ਇਸ ਕਾਬਲ ਬਣਾਇਆ। ਤੁਸੀਂ ਆਪਸ ਵਿੱਚ ਘਰ ਨੂੰ ਸਕੂਨ ਨਹੀਂ ਦੇ ਸਕਦੇ? ਕਿਉਂ ਹਰ ਵਕਤ ਛੋਟੀਆਂ ਛੋਟੀਆਂ ਗੱਲਾਂ ਤੇ ਲੜੀ ਜਾਂਦੇ ਹੁੰਦੇ ਹੋ ਇੱਕ ਦੂਜੇ ਖਿਲਾਫ ਹੀ? ਐਦਾਂ ਘਰ ਨਹੀਂ ਚੱਲਦੇ ਹੁੰਦੇ, ਇੱਕ ਦੀਆਂ ਸ਼ਿਕਾਇਤਾਂ ਦੂਜੇ ਕੋਲ, ਦੂਜੇ ਦੀਆਂ ਸ਼ਿਕਾਇਤਾਂ ਤੀਜੇ ਕੋਲ। ਮੈਂ ਕੀ ਕਰ ਦੂੰਗਾ ਅੱਗੇ ਵੀ ਤੁਹਾਡੇ ਕਹਿਣ ਤੇ? ਜਾਂ ਤਾਂ ਮੈਂ ਇਹਦੇ ਨਾਲ ਲੜ ਪਊਂਗਾ, ਜਾਂ ਤੇਰੇ ਕਹਿਣ ਤੇ ਮੈਂ ਉਹਨਾਂ ਨਾਲ ਲੜ ਪਊਂਗਾ। ਤੁਸੀਂ ਆਪਸ 'ਚ ਇੱਕ ਦੂਜੇ ਦੀ ਇੱਜ਼ਤ ਨਹੀਂ ਕਰਦੇ ਹੋ, ਛੋਟੀ ਛੋਟੀ ਗੱਲ ਤੇ ਲੜੀ ਜਾਣਾ, ਕੀ ਹੁੰਦੀਆਂ ਨੇ ਸਫਾਈਆਂ? 15-20 ਮਿੰਟ ਦਾ ਕੰਮ ਆ, ਬਸ ਥੋੜੀ ਈਗੋ ਮਾਰ ਜਾਂਦੀ ਆ। ਮੰਮੀ ਨੂੰ ਲੱਗਦਾ ਮੈਂ ਪੁੱਤ ਵਿਆਹਿਆ, ਤੈਨੂੰ ਲੱਗਦਾ ਮੈਂ ਇਸ ਘਰ ਦੀ ਮਾਲਕਣਾ ਨੂੰਹ ਆ। ਬਸ ਅੱਜ ਕੱਲ੍ਹ ਦੀ ਜਨਰੇਸ਼ਨ 'ਚ ਈਗੋ ਇਸ ਚਾਹੁੰਦੀ, ਸਾਨੂੰ ਕੋਈ ਕਹਿਣ ਵਾਲਾ ਨਾ ਹੋਵੇ। ਜੇ ਤੁਹਾਨੂੰ ਕੋਈ ਬੜਾ ਕਹਿ ਦਿੰਦਾ ਕੀ ਫਰਕ ਪੈ ਜਾਂਦਾ? ਜੇ ਇਹੀ ਗੱਲ ਤੁਹਾਡੇ ਮੰਮੀ ਕਹਿੰਦੇ ਫਿਰ ਵੀ ਸੁਣ ਹੀ ਲੈਣੀ ਸੀ, ਉਹੀ ਗੱਲ ਮੰਮੀ ਤੁਹਾਡੇ ਤੇ। ਜੇ ਇਹੀ ਗੱਲ ਤੁਹਾਡੀ ਧੀ ਤੁਹਾਨੂੰ ਕਹਿਣ ਦੀ ਫਿਰ ਤੁਸੀਂ ਹਾਸੇ ਟਾਲ ਦੇਣੀ ਸੀ ਗੱਲ। ਜਦ ਤੱਕ ਤੁਹਾਡੇ 'ਚੋਂ ਈਗੋ ਵਾਲੀ ਚੱਕਰ ਨਹੀਂ ਨਿਕਲਦਾ ਘਰ ਕੋਈ ਨਹੀਂ ਸੁਧਰ ਸਕਦਾ ਹੈਗਾ। ਮਾਂ ਪੁੱਤ ਕੋਲ ਸ਼ਿਕਾਇਤਾਂ ਲਾਉਂਦੀ ਆ, ਵਾਈਫ ਆਪਦੇ ਘਰ ਕੋਲ ਸ਼ਿਕਾਇਤਾਂ ਲਾਉਂਦੀ ਆ, ਬਸ ਆਹੀ ਖੁਸ਼ ਹੋ ਜਾਂਦੇ ਸਾਰੇ ਘਰਾਂ ਦੇ ਵਿੱਚ। ਸਿਆਣੇ ਬਣੋ, ਇੰਨੀਆਂ ਉਮਰਾਂ ਹੋ ਗਈਆਂ, ਤੁਸੀਂ ਕਦ ਸਿਆਣੇ ਬਣੋਗੇ? ਹੁਣ ਤਾਂ ਜਵਾਕ ਵੀ ਚੀਕਾਂ ਮਾਰਨ ਲੱਗ ਗਿਆ ਵੀ ਬਸ ਕਰੋ ਤੁਸੀਂ ਕਿਹੜੇ ਕੰਮ ਕਰਨਾ। ਲੈ ਦੇਖ ਲਾ ਪੁੱਤ, ਆ ਜਾ ਤੂੰ ਮੇਰੇ ਕੋਲ, ਆ ਜਾ ਵੰਡ ਕੇ ਕੰਮ ਕਰ ਲਿਆ ਕਰੋ ਜਿਹੜਾ ਮਾੜਾ ਮੋਟਾ ਹੈਗਾ ਵਾ, ਸਫਾਈ ਜਾਂ 2 ਮਿੰਟ ਦਾ ਕੰਮ ਅੱਜ ਨਹੀਂ ਹੁੰਦਾ। ਤੁਸੀਂ ਦੋਵੇਂ ਜਾਣੇ ਬਹਿ ਜਾਓ, ਮੈਂ ਕਰ ਦਿੰਦਾ, ਕੋਈ ਬੜੀ ਗੱਲ ਨਹੀਂ। ਹੁਣ ਤੱਕ ਸਟੂਡੈਂਟ ਵੀਜ਼ੇ ਤੇ ਸਾਰਾ ਕੁਝ ਇਹੀ ਕੁ ਕੀਤਾ ਸੀਗਾ, ਸਭ ਆਉਂਦਾ ਘਰ ਦਾ ਕੰਮ, ਮੈਨੂੰ ਚੁੱਲ੍ਹਾ ਚੌਕਾ ਰੋਟੀ ਪਾਣੀ ਕੁੱਕਰੀ ਵੀ ਕੀਤੀ ਹੋਈ ਆ। ਚੱਲ ਠੀਕ ਆ ਪੁੱਤ, ਤੂੰ ਨਾ ਟੈਨਸ਼ਨ ਲੈ ਕਾਸੇ ਦੀ, ਤੂੰ ਆਰਾਮ ਨਾਲ ਆਪਣੀ ਰੋਟੀ ਖਾ, ਕੰਮ ਤੇ ਜਾ, ਅਸੀਂ ਆਪੇ ਕਰ ਲੈਂਦੇ ਹਾਂ। ਚੱਲ ਮੈਂ ਸਫਾਈਆਂ ਕਰ ਲੈਂਦੀ ਹਾਂ। ਛੋਟੀ ਜੀ ਗੱਲ ਹੁੰਦੀ ਆ ਜੀ, ਉਹ ਉਹਨੂੰ ਇੰਨਾ ਵਧਾ ਚੜਾ ਕੇ ਪੇਸ਼ ਕੀਤਾ ਜਾਂਦਾ ਨਾ ਕਿ ਬਸ
ਵੀ ਪਤਾ ਨਹੀਂ ਕੋਈ ਦੁਨੀਆ ਦਾ ਸਭ ਤੋਂ ਵੱਡਾ ਕ੍ਰਾਈਮ ਹੋ ਗਿਆ ਘਰ ਦੇ ਵਿੱਚ। ਸੋ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਿਆ ਕਰੋ, ਸਿਆਣੀਆਂ ਬਣੋ ਲੇਡੀਜ਼। ਮੈਂ ਸਾਰਾ ਦੋਸ਼ ਤੁਹਾਨੂੰ ਨਹੀਂ ਦਿੰਦਾ, ਬੰਦਿਆਂ ਦਾ ਵੀ ਕੁਛ ਫਾਲਟ ਹੁੰਦਾ, ਪਰ ਮੋਸਟਲੀ ਜ਼ਿਆਦਾ ਘਰੇ ਲੇਡੀਜ਼ ਰਹਿੰਦੀਆਂ ਨੇ ਜਿਹੜੀਆਂ ਹਾਊਸ ਵਾਈਫ ਨੇ ਜਾਂ ਹੈ ਨਾ ਘਰ 'ਚ ਰਹਿੰਦੀਆਂ ਨੇ। ਸੋ ਇਹਨਾਂ ਗੱਲਾਂ ਧਿਆਨ ਕਰੋ। ਈਵਨ ਤੁਸੀਂ ਬਾਹਰ ਵੀ ਕੰਮ ਕਰਕੇ ਘਰੇ ਆਉਂਦੇ ਹੋ ਤਾਂ ਹੱਸਦੇ ਚਿਹਰੇ, ਬਾਹਰ ਦੀਆਂ ਗੱਲਾਂ ਉੱਥੇ ਛੱਡ ਦਿਆ ਕਰੋ ਕੰਮ ਵਾਲੀਆਂ। ਲਾਈਫ ਦੇ ਵਿੱਚ ਉਤਾਰ ਚੜਾਅ ਹਰ ਇੱਕ ਦੀ ਜ਼ਿੰਦਗੀ ਵਿੱਚ ਆਉਂਦੇ ਨੇ, ਇਕੱਲੇ ਤੁਸੀਂ ਨਹੀਂ ਦੁਖੀ ਹੈਗੇ ਦੁਨੀਆ 'ਤੇ। ਬਹੁਤ ਲੋਕ ਇੱਦਾਂ ਦੇ ਨੇ ਜਿਹਨਾਂ ਨੂੰ ਇੱਕ ਵਕਤ ਦਾ ਖਾਣਾ ਤੱਕ ਨਸੀਬ ਨਹੀਂ ਆਉਂਦਾ। ਸ਼ੁਕਰ ਕਰਿਆ ਕਰੋ ਹਰ ਸਿਚੁਏਸ਼ਨ ਦੇ ਵਿੱਚ ਰੱਬ ਦਾ। ਬਸ ਥੈਂਕ ਯੂ।